গুড ইভিনিং টু অল স্বাগত ਹੈ ਸਭ ਦਾ ਆਪਣੇ YouTube ਚੈਨਲ Learn Mile ਦੇ ਵਿੱਚ ਕਿਵੇਂ ਹੋ ਜੀ ਸਾਰੇ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਣਗੇ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਸਭ ਨੂੰ ਇਹ ਕਹੂੰਗੀ ਕਿ ਨਿਰਾਸ਼ਾਵਾਦੀ ਨਾ ਹੋਵੋ ਠੀਕ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਚੁੱਕਿਆ ਜਿਵੇਂ ਕਿ ITT ਦੇ ਵੈਕੈਂਸੀ ਦੀ ਜੋ ਮਤਲਬ ਜਿਹੜੇ ਕੋਰਟ ਕੇਸ ਹੈ ਉਹਨਾਂ ਦਾ ਉਹ ਆਪਾਂ ਹੋਰ ਵੀਡੀਓ ਚ ਡਿਸਕਸ ਕਰਾਂਗੇ ਪੂਰੀ ਡਿਟੇਲ 6 23 24 ਦਾ ਜੋ ਕੋਰਟ ਕੇਸ ਹੈ ਉਹ ਅੱਗੇ ਪਾਦਿੱਤੀ ਉਹਨਾਂ ਨੇ ਡੇਟੋ ਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ 19 ਤਰੀਕ ਨੂੰ ਜੋ ਕਿ ਲਾਸਟ ਬਸ ਅੱਜ ਜੋ ਹੈ ਸਕਰੂਟੀ ਸੀ ਅੱਜ ਸਕਰੂਟੀ ਤੇ ਜਿਹੜੇ ਲਾਸਟ ਵਾਰ ਕਿਉਂਕਿ 19 ਤਰੀਕ ਤੱਕ ਸਕਰੂਟੀ ਸੀ ਉਹਰੇ ਖਤਮ ਹੋ ਰਿਹਾ ਅੱਜ ਹੀ ਤੇ ਉਸ ਤੋਂ ਬਾਅਦ ਜੋ ਹੈ ਉਹ ਕੀ ਕਹਿੰਦੇ ਹੁੰਦੇ ਆ ਵੀ ਇਸ ਤੋਂ ਬਾਅਦ ਐਬਸੈਂਟੀਜ਼ ਨੂੰ ਬੁਲਾਇਆ ਜਾਏਗਾ ਮੇਬੀ ਔਰ ਮੇਬੀ ਸੈਕੰਡ ਔਰ ਥਰਡ ਲਿਸਟ 'ਤੇ ਇੰਤਜ਼ਾਰ ਕਰ ਸਕਦੇ ਆ ਠੀਕ ਹੈ ਅੱਜ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਦੀਆਂ ਲਿਸਟਾਂ ਬੀ ਸੀ ਵਰਗ ਨੂੰ ਬੁਲਾਇਆ ਗਿਆ ਠੀਕ ਹੈ ਅੱਜ ਕੱਲ ਵੀ ਬੀ ਸੀ ਵਾਲੇ ਸੀ ਜਿਦੇ ਵਿੱਚ 61 ਮਾਰਕਸ 60 ਠੀਕ ਹੈ ਜੀ ਇਹ ਸਾਰੇ ਜਿਹੜੇ ਬੁਲਾਏ ਗਏ ਜਿਦੇ ਵਿੱਚ ਕੀ ਹੈ ਮਤਲਬ ਜਿਨ੍ਹਾਂ ਦੀ ਈਟੀਟੀ ਵੀ ਕੰਪਲੀਟ ਨਹੀਂ ਹੋਈ ਉਹ ਵੀ ਆ ਠੀਕ ਹੈ ਪੀਐਸਟੈਟ 1 ਕਲੀਅਰ ਨਹੀਂ ਹੁੰਦਾ ਕਈਆਂ ਦਾ ਉਹ ਵੀ ਆ ਜਾਂਦੇ ਆ 59 ਮਾਰਕਸ ਵਾਲੇ ਵੀ ਆ ਜੀ ਠੀਕ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਅੱਜ ਕੁਝ ਤਕਰੀਬਨ 972 ਕੈਂਡੀਡੇਟਸ ਸੋ ਸ਼ੁਰੂਆਤ ਤਾਂ 400 ਤੋਂ ਸਮਥਿੰਗ ਹੋਈ ਸੀ ਆ ਦੇਖੋ ਆ ਸ਼ੁਰੂਆਤ ਹੋਈ ਸੀ ਜੀ 421 ਤੋਂ ਠੀਕ ਹੈ ਤਾਂ ਮਤਲਬ ਤਕਰੀਬਨ ਤਕਰੀਬਨ ਜਿਹੜਾ ਹੈ 500 ਤੋਂ ਉੱਤੇ ਜਨਾ ਜਿਹੜਾ ਹੈ ਬੁਲਾਇਆ ਜਾ ਰਿਹਾ ਹੈ ਠੀਕ ਹੈ ਤੇ ਅੱਜ ਲਾਸਟ ਕ੍ਰੂਟਨੀ ਸੀ ਔਰ ਜਿਹੜੇ ਐਬਸੈਂਟ ਸੀ ਉਹਨਾਂ ਨੂੰ ਵੀ ਮੈਂ ਦੱਸ ਦਿਆਂ ਕਿ ਐਬਸੈਂਟੀਜ਼ ਨੂੰ ਜਲਦੀ ਹੀ ਬੁਲਾਇਆ ਜਾਏਗਾ ਤੇ ਕੋਰਟ ਕੇਸ ਦਾ ਜਿਹੜਾ ਫੈਸਲਾ ਹੈਗਾ ਉਹ ਤੁਹਾਨੂੰ ਪਤਾ ਹੈ 23 ਸੌਰੀ 10 ਫਰਵਰੀ ਜਿਹੜੀ ਪਾ ਦਿੱਤੀ ਹੈ ਉਹਦੇ ਤੇ 2364 ਦੀ ਜਿਹੜੇ ਮਈ ਹੀ ਪਾ ਦਿੱਤੀ ਹੈ ਤਾਂ ਹੁਣ ਪਤਾ ਨਹੀਂ ਕੀ ਬਨੇਗਾ ਇਹਨਾਂ ਦਾ ਠੀਕ ਹੈ ਇਹ ਹੀ ਉਮੀਦ ਸੀ ਤਾਂ ਹੁਣ ਥੋੜਾ ਜਿਹਾ ਡਰ ਜਿਹਾ ਲੱਗ ਰਿਹਾ ਵੀ ਪਤਾ ਨਹੀਂ ਪ੍ਰਤੀਪੂਰੀ ਹੋਏਗੀ ਜਾਂ ਨਹੀਂ ਲੇਕਿਨ ਸ਼ਾਰਟੀ ਹੈ ਵੀ ਆਪਾਂ ਕਰਕੇ ਹੀ ਛੱਡਾਂਗੇ ਕਿਉਂਕਿ 2364 ਵਾਂਗ ਆਪਾਂ ਨਹੀਂ 635 दावी ਨਹੀਂ ਉਹ ਕਰ ਸਕਦੇ ਕਿਉਂਕਿ ਰੁਜ਼ਗਾਰ ਹੈ ਨਾ ਬਹੁਤ ਜ਼ਰੂਰੀ ਹੈ ਸੋ ਇੰਨੀ ਕਿ ਨਿਊਜ਼ ਦੇਣੀ ਸੀ ਹੋਪ ਕਿ ਵਧੀਆ ਲੱਗੀ ਹੋਏਗੀ ਸੋ ਦਿਸ ਇਜ਼ ਲਰਨ ਮਾਈਲ ਸਾਈਨਿੰਗ ਆਫ ਥੈਂਕਸ ਫॉर ਵਾਚਿੰਗ